जमेबाद बोणा जावण आले कोई नहीं सवारी आज बहुत ठटी जाइए जमेबाद बोणा ओ कोई है सवारी बोणा जावण आले बोणा 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 अस्सलाम वालेकुम वालेकुम अस्सलाम ठीक है अल्लाह तक बोणे जाना है यार ਬਹੁਤ ਜਨਾ ਵਿੱਚ ਹੋ ਵਿੱਚ ਬਹੁਤ ਸਵਾਰੀਆਂ ਓਵਰ ਤਾਂ ਕਿ ਨਹੀਂ ਦੇ ਸਵਾਰੀ ਇੱਕ ਦੋ ਮਿੰਟ ਬਾਅਦ ਸਵਾਰੀਆਂ ਆਈਆਂ ਨੇ ਸਵਾਰੀਆਂ ਤੁਸੀਂ ਬਹੁਤ ਵਿੱਚ ਬਹੁਤ 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 ਰੱਬਾ ਕੋਈ ਹੋਰ ਅੱਲਾ ਕਰਦਾ ਆ ਜਾਂਦੀ ਹੈ ਹਾਂ ਆ ਜਾਂਦੀ ਹੈ ਤੁਸੀਂ ਬਹੁਤ ਵਿੱਚ ਨਹੀਂ ਬਹੁਤ ਅੱਲਾ ਕਰਦਾ ਕੋਈ ਆ ਜਾਂਦੀ ਜਾਂ ਮੈਂ ਬਾਤ ਬੋਣਾ ਕੋਈ ਐ ਸਵਾਰੀ ਹੋਰ ਬੋਣਾ ਕਿੰਨਾ ਕਿਰਾਇਆ ਬੋਣਾ ਉਹ ਯਾਰ ਤੂੰ ਬਹੁਤ ਜਿਹੜਾ ਸਾਰੇ ਲੈਂਦੇ ਪੈ ਰੱਖੇ ਵਾਲੇ ਉਹ ਮੈਂ ਵੀ ਲੈਣਾ ਸਾਡੇ ਦੇ ਲਾਸਾ ਤੂੰ ਦੋ ਸਵਾਰੀ ਦਾ ਬਾਤ ਰਹਿ ਰਹਿ ਸਾਨੂੰ ਲੇਟ ਹੁੰਦੀ ਤਾਂ ਜੀ ਮੈਂ ਜਾਣਦੇ ਹੋ ਨਹੀਂ ਪੁੱਤਰ ਕੋਈ ਨਹੀਂ ਜਾਣਦਾ ਅੱਛਾ ਹਾਂ यार मैं तुहाडे मुल्क दा पाकिस्तान दा बहुत वड्डा पंजाबी शायर हां अच्छा शहजाद जख्मी अच्छा जी हां ते आ मेरी बेगम है अच्छा। मलिक नादिया जख्मी असि पंजाबी शेर लिखदे हां ते आंदे भी हां मैं कुछ कोई नहीं जान दे हां पुत्तर तू पूछया ते कोई नहीं नहीं मैं वैसे आखे भी मैं शायर बंदा हां भाई तारुफ करा छड़ी कदी मुलाकात हो जाए बहुत तुसे पुत्तर दे विच रखे बहुत चलदे हां बहुत सवारी आ जांदी देख लैने हां कुछ सवारी आंदी ता ठीक है ਮੈਂ ਤਾਂ ਰੁਪਈਆ 200 ਦਾ ਤੁਮ ਲੈ ਲੈਣਾ ਤੇ ਬੋਣ ਤੁਹਾਨੂੰ ਲਾ ਜਾ ਸੱਜਾ ਸੱਜਾ ਮੇਰਾ ਦਿਲ ਲਾ ਕੋਈ ਇੱਕ ਤੁਹਾਡੀ ਰੂਹ ਤਾਂ ਦੀ ਕਰਾਂ ਕੋਈ ਹੋ ਜਾਵੇ ਦੋੜਾ ਸ਼ੇਰ ਵਗੈਰਾ ਉਹ ਨਹੀਂ ਪੁੱਤ ਰਾਂ ਦੇ ਤੂੰ ਨਹੀਂ ਇਹ ਵੇ ਕਿਤ ਰਹਿੰਦਾ ਮੈਂ ਕੁਝ ਵੀ ਨਹੀਂ ਹੁੰਦਾ ਉਹ ਨਹੀਂ ਮੇਰਾ ਪੁੱਤ ਰਾਂ ਦੇ ਮੇਰਾ ਕਿ ਸਿਰ ਨੂੰ ਪੀਰ ਚੜੀ ਚੱਲ ਚੱਲ ਤੇਰੇ ਪਸੰਦ ਹਾਲਾ ਹਾਂ ਚਲੋ ਸੁਣਾ ਹੋਣਾ ਕੋਈ ਰੇਡੀਆਂ ਟਿੰਡੀਆਂ ਨੇ ਤੇ ਚਾਰ ਚਾਰ ਵੇਲੀਆਂ ਨਾਮ ਦਾ ਨਾ ਸੋਚੇ ਇਹ ਮੇਰਾ ਪੁੱਤ ਮੁਸ਼ਾਇਰੇ ਚ ਵੀ ਐਵੇਂ ਸੁਣਿੰਦਾ ਕੀ ਦੱਸੀਏ ਜੜਾ ਤੇ ਹੋ ਜਾਏ ਜੋ ਪਸੰਦ ਆਂਦਾ ਬਿਲੋਕ ਬੈਠਾ ਰਹਿੰਦਾ ਤੈਨੂੰ ਸੁਣ ਕੇ ਇੱਕ ਬੰਦਾ ਬੈਠਾ ਰਹਿੰਦਾ ਆਂਦਾ ਤੈਨ ਗੱਲਾਂ ਨਾਲ ਤਾਲਾ ਲਾਣਾ ਤੂੰ ਜਾ ਇਹ ਅਜਾ ਅਗਲੇ ਦਿਨ ਅਸੀਂ ਗਏ ਆਂ ਜੀ ਫੈਸਲਾਬਾਦ ਅੱਛਾ ਉੱਥੇ ਮੈਂ ਮੁਸ਼ਾਇਰਾ ਸ਼ੁਰੂ ਕੀਤਾ ਹਲਾ ਆਹਾ ਹਾ ਧੁੰਮਾ ਪੈ ਗਈਆਂ ਜਿਹੜੇ ਸਾਰੇ ਵੱਡੇ ਸ਼ਾਇਰ ਬੈਠੇ ਆਂ ਨਾ ਉਹਨਾਂ ਸਾਰਿਆਂ ਦੇ ਨਾਲ ਪੈਸੇ ਇਕੱਠੇ ਕੀਤੇ ਮੈਨੂੰ ਉਹਨਾਂ 20,000 ਰੁਪਇਆ ਦਿੱਤਾ ਅੱਛਾ ਮੈਂ ਆਖਿਆ ਮੇਰੀ ਸ਼ਾਇਰੀ ਐਡੀ ਤੁਹਾਨੂੰ ਪਸੰਦ ਆਈ ਮੈਂ ਆਖਿਆ ਜਨਾਬ ਇਹ ਸ਼ਾਇਰੋ ਸ਼ਾਇਰੀ ਤੇਰੇ ਵਾਸਤੇ ਕੰਮ ਨਹੀਂ ਆਏ ਹੱਥ ਜੁੜੇ ਹੋਣੀ 20,000 ਰੁਪਇਆ ਲਾ ਤੇ ਕੋਈ ਨਿੱਕਾ ਮੋਟਾ ਕਾਰੋਬਾਰ ਕਰ ਲਾ ਅੱਛਾ ਇੱਕ ਗੱਲ ਚਾਚਾ ਜੀ ਹੋਰੇ ਪਿਛਲੇ ਦਿਨਾਂ ਵਿੱਚ ਅੱਛਾ ਅਸੀਂ ਇੱਕ ਸ਼ੇਰੋ ਸ਼ਾਇਰ ਦਾ ਪ੍ਰੋਗਰਾਮ ਪੜਿਆ ਜੀ ਹਾਂ ਅੱਛਾ ਚਾਚਾ ਜੀ ਗੱਲ ਪਤਾ ਕੀ ਹੋਈ ਹਾਂਜੀ ਯਾ ਇਸ ਨਾ ਸ਼ੇਰੋ ਸ਼ਾਇਰੀ ਸ਼ੁਰੂ ਕੀਤੀ ਏ ਸਾਰੇ ਉੱਠ ਕੇ ਵਾਗ ਗਏ ਅੱਛਾ ਬਾਕੀ ਬੱਚਿਆ ਇੱਕ ਬੰਦਾ ਹਾਂਜੀ ਉਹ ਬੈਠਾ ਰਿਹਾ ਇਸ ਨਾ ਅੱਲਾ ਦਾ ਬੜਾ ਸ਼ੁਕਰ ਅਦਾ ਕੀਤਾ ਜੀ ਹਾਂ ਜੀ ਹਾਂ ਬਈ ਯਾ ਅੱਲਾ ਤੇਰਾ ਸ਼ੁਕਰ ਏ ਬਈ ਇੱਕ ਬੰਦਾ ਤੇ ਕੰਮ ਅਸ ਕੰਮ ਮੈਨੂੰ ਸੁਣਦਾ ਪਿਆ ਯਾ ਮੇਰੀ ਬੈਠਾ ਏ ਮੇਰੀ ਵਜ੍ਹਾ ਤੋਂ ਹਾਂਜੀ ਕੀ ਕੀ ਸੋਇਆ ਕਿ ਇਹ ਉਹਦੇ ਕੋਲ ਗਿਆ ਉਹਦੇ ਕੋਲ ਇਹ ਸਾਥੀ ਤੈਨੂੰ ਮੇਰੇ ਦੋੜੇ ਅੱਛੇ ਪੇ ਲੱਗਦੇ ਨੇ ਅੱਛਾ ਅੱਛਾ ਇਹ ਆਪਣੇ ਆਪ ਵਿੱਚ ਬੜਾ ਖੁਸ਼ ਜੀ ਹਾਂ ਅੱਛਾ ਜਦੋਂ ਇਸ ਉਹਨੇ ਕੋਲ ਪੁੱਛਿਆ ਨਾ ਉਸ ਆਖਿਆ ਖੁਦਾ ਦਾ ਨਾਂ ਹੈ ਤੇਰੀ ਮਿਹਰਬਾਨੀ ਹਾਂਜੀ ਕੋਈ ਹੋਰ ਘਰ ਤਾੜ ਮੈਂ ਸੌਣ ਡਾਲਾਂ ਇੱਕ ਮੈਨੂੰ ਦੇ ਤੇਰੀ ਮਿਹਰਬਾਨੀ ਏ ਤੇ ਮੈਂ ਘਰ ਜਾਵਾਂ ਜਾਨ ਛੱਡ ਸਵਾਰੀ ਕੋਈ ਨਹੀਂ ਆਉਂਦੀ ਮੇਰਾ ਪੁੱਤ ਤੁਸੀਂ ਪਿੱਛਾ ਬਾਓ ਮੈਨੂੰ ਪਤਾ ਲੱਗਦਾ ਪਿਆ ਐਡਾ ਵੱਡਾ ਸ਼ਹਿਰ ਮੇਰੇ ਰਕਸ਼ੇ ਜਾ ਕੇ ਬਹਿ ਗਿਆ ਪਿੱਛੋਂ ਸਵਾਰੀ ਕਾਇ ਨਹੀਂ ਮੇਰੇ ਆਲੇ ਨਾ ਬੜਾ ਨਾਂ ਹੈ ਜਾਮਿਆਂ ਬਾਦ ਜਾਣਾ ਹਾਂ ਜਾਣਾ ਜਾਣਾ ਆ ਬਹੁਤ ਜੀ ਇੱਥੇ ਆ ਜਾ ਜੀ ਇਧਰ ਦੀ ਆ ਨਾ ਜੀ ਇਧਰ ਦੀ ਓ ਨੋ ਪਰਾ ਮਰੇ ਨਾ ਪਰਾ ਬਾਣ ਦੇ ਪਰਾ ਹੋ ਨਹੀਂ ਜੀ ਇੱਧੇ ਆ ਜਾ ਮੈਂ ਤੈਨੂੰ ਆਦੀ ਮੈਂ ਤੈਨੂੰ ਆਦੀ ਪੇ ਪਰਾ ਆ ਜਾ ਬਾਜੀ ਇੱਥੇ ਬਹਿ ਜਾ ਤੇ ਇੱਧੇ ਕੀ ਤੱਤੀ ਜਗਾ ਤਿੰਨ ਦੀ ਜ਼ਾ ਦਿੱਤੀ ਆ ਉੱਥੇ ਬਾਉਂ ਨਹੀਂ ਦੋ ਬਾਉਂ ਦੇ ਤਮੀ ਤਮੀ ਤੇਰੇ ਵਿੱਚ ਕੋਈ ਨਹੀਂ ਹੋਰ ਜੀ ਕਿਉਂ ਤੇਰੀ ਭੈਣ ਲੱਗਦੀ ਪੁੱਛਦਾ ਪਿਆ ਚੁੱ ਜੀ ਹੁਣ ਚੱਲੋ ਮੇਰਾ ਪੁੱਤਰ ਸਿਰ ਦੋ ਸਵਾਰੀਆਂ ਆਵਣ ਦੇ ਹੋ ਤੇ ਮੋੜ ਨਿਕਲ ਜਾਂਦੇ ਆ ਅੱਛਾ ਜੀ ਅਸਲਾਮ ਵਾਲੇਕਮ ਜੀ ਵਾਲੇਕਮ ਸਲਾਮ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰੋਜੀ ਮਲਿਕ ਹੈ ਤੁਹਾਡਾ ਨਾਮ ਕੀ ਹੈ ਮੈਨੂੰ ਕੋਈ ਨਹੀਂ ਜਾਣਦੇ ਨਹੀਂ ਮੇਰਾ ਨਾਮ ਸ਼ਹਜ਼ਾਦ ਜ਼ਖਮੀ ਹੈ ਸਾਡੇ ਇਲਾਕੇ ਦਾ ਬਹੁਤ ਵੱਡਾ ਸ਼ਾਇਰ ਆ ਮੈਂ ਤੇ ਤੁਸੀਂ ਮੈਨੂੰ ਕੋਈ ਨਹੀਂ ਜਾਣਦੇ ਮੈਂ ਤਾਂ ਪਹਿਲੀ ਵਾਰੀ ਸੁਣਦੀ ਪਈ ਆ ਨਾ ਨੰਬਰ ਮਿਲ ਸਕਦਾ ਹੈ ਜੀ ਕਿਹੜਾ ਨੰਬਰ ਫਿਗਰ ਨੰਬਰ ਮੰਗਦਾ ਹੀ ਨਹੀਂ ਨਹੀਂ ਜੀ ਮੈਂ ਤਾਂ ਮੋਬਾਈਲ ਦਾ ਨੰਬਰ ਮੰਗਿਆ ਜੀ ਉਹਨਾਂ ਦਾ ਟੋਲ ਵੀ ਪੋ ਵਾਲੇ ਮੈਡੀਕਲ ਸਟੋਰ ਤੇ ਵੀ ਜਾਣਾ ਹੈ ਤੈਨੂੰ ਮੈਡੀਕਲ ਸਟੋਰ ਤੇ ਕੀ ਕਰਨਾ ਤੇਰੇ ਜ਼ਖਮਾਂ ਵਾਸਤੇ ਦਵਾਈ ਲੈਣ ਜਾਣਾ ਤੇ ਮੈਨੂੰ ਤਾਂ ਅੱਲਾ ਦਾ ਸ਼ੁਕਰ ਹੈ ਜ਼ਖਮ ਤਾਂ ਹਨ ਕੋਈ ਨਾ ਕੀ ਪਤਾ ਘਰ ਦੇ ਪਹੁੰਚ ਜਾਏ ਤੀਕਰ ਹੋ ਹੀ ਜਾਵੇਂ ਚਾਚਾ ਚਾਲ ਲੇਟ ਹੁੰਦੀ ਜੀ ਮੇਰਾ ਪੁੱਤਰ ਤੁਹਾਨੂੰ ਜੇ ਐਡੀ ਜਲਦੀ ਹੈ ਨਾ ਤਾਂ ਮੈਂ ਸਵਾਰੀਆਂ ਤਰਾ ਲੈ ਕੇ ਜਾਣੀਆਂ ਤੁਸੀਂ ਮੁੜ ਐ ਜਿਹੜਾ ਸਾਡੀ ਸਟਾਪ ਹੈ ਸੜਾ ਤੇ ਅੱਗੇ ਘੰਟਾ ਕਿਉਂ ਬਵਾਏ ਤੇ ਮੁੜ ਸਵਾਰੀਆਂ ਪੁੱਤਰ ਮੇਰੀਆਂ ਹੋਣੀਆਂ ਤਾਂ ਮੈਂ ਜਾਵਣਾ ਕਿਤੇ 10 ਮਿੰਟ ਬਾਹਰ ਮੈਂ ਆ ਤੂੰ ਵੀ ਮੇਰੇ ਕੋਲ ਲੈ ਲੈਣਾ ਦੋ ਸਵਾਰੀਆਂ ਦਾ ਕਿਰਾਇਆ ਭਾਈ ਮੈਂ ਸਵਾਰੀਆਂ ਤੋਂ ਬਗੈਰ ਕੋਈ ਨਹੀਂ ਜਾਣਾ ਤੁੰਦੇ ਬੇਵਕੂਫ ਹੈ ਬੰਦੇ ਨਾ
दो मिनट नहीं अज के तो टोर पे। अस्सलाम वालेकुम चाचा जी। वालेकुम सलाम पुत्र। चाचा जी मैं ना वापस इस वजह तो आई हां भी इथे किसी ने जुमिश जुमी दा पता ही नहीं। क्यों पुत्र खैर ता है। मैं ना आए अपने हाथों दी लकीरा भी खानियां ते मैं नजुमी भी हां पुत्र। देखो मोड़। हां ए अन करीब तो तुसी बेवा हो जाओ। ते मेनू भी पता है भी मैं अन करीब बेवा हो जाना है। हां जी। पर ए मेनू दसो भाई मैं फदीप दूत है ना जासा। नो लड़ाई हो रही है। मैच है काफी देर होगी तुसी लड़ी जांदे हो पिछू तुसी लड़दे आए असि पुलिस वाले हैं तेनू को नहीं पता सिवर कपड़े बजे नहीं छोटे दी गल सुनो जी ए मुंह जन्ने मनु मंदे ए सेवल वर्दी विच है ते नजर नहीं आ रहा तू शायद मैं जानदा नहीं तुसी वाकई में है बीवी हो नहीं यार बहन बिरा तुसी मेरे लड़े तो नहीं जांदे मेरे खल लेके निकले तू जांदा इन तू अस्तगफारी मैं लगदा हां तेनू लेके निकला ले निकाह नामा किदे ने निकाह नामा घर है ते ओ ले आओ चा के का लेणा ऐसा लेणा और ओने पिए लगे नहीं भाई ओ सब पे रहा है। अच्छा हां तेनू गल्ला बड़ियां आंदियां नो मैं गल ही बोंदी चलो थाने ले चलो चलो थाने आओ जी नहीं पहले अस्पताल ले ले जाने फिर इलाज तो करने आ जा। मेरा नाम शहजाद जख्मी पाकिस्तान का मनिया परवनिया शहर। अच्छा। मेरी बेगम मलिक नादिया जख्मी मनी परवनी शहर। मोर तो तुसी मेरे पीर भाई हो मैं अमान दुखी हां। अच्छा। जो मैं तुम दोवा नहीं हूं छोड़ो अस्सलामुअलैकुम अजमल एच डी स्टूडियो वाले कोई बंदा भी अपनी सवानी दी बाह ना मरोड़े नहीं तो मेरे वांग नाक बना बासु। अस्सलामुअलैकुम गाइस आपकी अपनी नादिया मलिक। ये देखिए मास्क मैंने लगाया हुआ था सॉरी। तो असल में हमने एक वीडियो बनाई है आज बड़ी मजेदार सी फनी सी। तो अगर हमारी वीडियो आपको अच्छी लगे तो हमारे अजमल एच डी स्टूडियो को सब्सक्राइब करें वीडियो को लाइक शेयर जरूर करें। तो एक और बात है घंटी वाले बटन को तब तक दबाई रखें जब तक उसे सांस ना चढ़ जाए। पाकिस्तान जिंदाबाद।